ਆਪਣੀ ਮੰਗਾਂ ਨੂੰ ਲੈ ਕੇ ਅੱਜ ਸਵੇਰ ਤੋਂ ਹੀ ਇਹਦੇ ਵਿੱਚ ਜਿੰਨੇ ਵੀ ਜਿਹੜੇ PRTC ਪਨਬਸ ਦੇ ਜਿਹੜੇ ਕੰਟਰੈਕਟ ਯੂਨੀਅਨਸ ਨੇ ਉਹਨਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ। ਤਸਵੀਰਾਂ ਤੁਸੀਂ ਵੇਖੋ ਔਰ ਚੰਡੀਗੜ੍ਹ ਡੀਪੂ ਦੀ ਇਹ ਤਸਵੀਰਾਂ ਨੇ ਜਿੱਥੇ ਹੁਣ ਤੱਕ ਕਰੀਬ 70 ਤੋਂ ਵੀ ਜ਼ਿਆਦਾ ਜਿਹੜੀ ਬੱਸਿਸ ਹੈ ਉਹਨਾਂ ਨੂੰ ਡੀਪੂ 'ਚ ਖੜਾ ਕਰ ਦਿੱਤਾ ਗਿਆ। ਰੋਟਾ ਕਲਰਕ ਜਿਹੜਾ ਇੱਥੇ ਦਾ ਰੋਟਾ ਕਲਰਕ ਜਿਹਨੂੰ ਕਹਿੰਦੇ ਹੈ ਹਰਿੰਦਰ ਕੁਮਾਰ, ਉਸਦੇ ਖਿਲਾਫ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਔਰ ਲਗਾਤਾਰ ਕਹਿ ਸਕਦੇ ਹਾਂ ਕਿ ਜਿਹੜੀ PRTC ਦੀ ਬੱਸਿਸ ਹੈ ਉਹ ਹੁਣ ਵਾਪਸ ਆ ਰਹੀ ਹੈ, ਯਾਨੀ ਕਿ ਡੀਪੂ 'ਚ ਹੁਣ ਵਾਪਸ ਆਉਂਦੀ ਨਜ਼ਰ ਆ ਰਹੀ ਹੈ। ਯਾਨੀ ਕਿ ਪੰਜਾਬ 'ਚ ਅੱਜ PRTC ਦੀ ਜਿਹੜੀ ਹੈਗੀ ਲੋਕਾਂ ਨੂੰ ਵੀ ਖੱਜਲ ਖੁਆਰੀ ਹੋ ਸਕਦੀ ਹੈ, ਕਿਉਂਕਿ ਅੱਜ ਡੀਪੂ ਪੂਰਾ ਬੰਦ ਕੀਤਾ ਹੋਇਆ, ਜਿੰਨੀ ਵੀ ਬੱਸਿਸ ਹੈ ਉਹ ਸਾਰੀ ਹੁਣ ਡੀਪੂ 'ਚ ਖੜੀ ਹੋ ਰਹੀ ਹੈ। ਯਾਨੀ ਕਿ ਅੱਜ ਦਾ ਦਿਨ ਇਹ ਬੱਸਿਸ ਨਹੀਂ ਚੱਲਣਗੀਆਂ। ਸਵੇਰ ਤੋਂ ਲੋਕਾਂ ਨੂੰ ਵੀ ਖੱਜਲ ਖੁਆਰੀ ਤਾਂ ਹੋ ਰਹੀ ਹੈ, ਲੇਕਿਨ ਦੂਜੇ ਪਾਸੇ ਜਿਹੜੇ ਇਹਨਾਂ ਦੀ ਮੰਗਾਂ ਹੈ ਜਿਨ੍ਹਾਂ ਇਹਨਾਂ ਦੇ ਜਿਹੜੇ ਲਗਾਤਾਰ ਬੱਸਿਸ ਆ ਰਹੀ ਹੈ, ਤੁਸੀਂ ਦੇਖੋ ਪਿੱਛੇ ਦੀ ਵੀ ਤਸਵੀਰਾਂ ਕਿ ਹੁਣ ਬੱਸਿਸ ਜਿੱਦਾਂ ਜਿੱਦਾਂ ਇਹਨਾਂ ਨੂੰ ਸੱਦਾ ਮਿਲ ਰਿਹਾ, ਜਿੱਦਾਂ ਜਿੱਦਾਂ ਇਹਨਾਂ ਨੂੰ ਮਿਲ ਰਿਹਾ ਮੈਸੇਜ, ਇਹ ਆਪਣੀ ਬੱਸਿਸ ਨੂੰ ਲੈ ਕੇ ਖਾਲੀ ਕਰਕੇ ਇਹ ਬੱਸਿਸ ਇੱਥੇ ਲੈ ਕੇ ਪਹੁੰਚ ਰਹੇ ਨੇ। ਹਾਲਾਂਕਿ ਆਪਣੀ ਮੰਗਾਂ ਨੂੰ ਲੈ ਕੇ ਕਿਸ ਤਰ੍ਹਾਂ ਦੀ ਮੰਗਾਂ ਨੇ, ਰੋਟਾ ਕਲਰਕ ਦੀ ਜਿਸ ਤਰ੍ਹਾਂ ਦੀ ਮਨਮਾਨੀ ਦੇ ਇਲਜ਼ਾਮ ਲੱਗ ਰਹੇ ਨੇ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ, ਕਿਉਂਕਿ ਬਹੁਤ ਜ਼ਰੂਰੀ ਹੁੰਦਾ ਹੈ ਕਿ ਕਿਸੇ ਤਰ੍ਹਾਂ ਦੀ ਖੱਜਲ ਖੁਆਰੀ ਨਾ ਹੋਵੇ, ਇਸ ਤਰ੍ਹਾਂ ਦੀ ਅਚਾਨਕ ਇਸ ਤਰ੍ਹਾਂ ਦੀ ਜਿਹੜੀ ਹੈ ਧਰਨਾ ਪ੍ਰਦਰਸ਼ਨ ਜਿਹੜਾ ਕੀਤਾ ਗਿਆ। ਭਾਜੀ ਅੱਜ ਤੁਸੀਂ ਧਰਨਾ ਪ੍ਰਦਰਸ਼ਨ ਕਰ ਰਹੇ ਹੋ ਰੋਟਾ ਕਲਰਕ ਦੇ ਖਿਲਾਫ, ਰੀਜ਼ਨ ਕੀ ਹੈ, ਅਚਾਨਚੇਤ ਜਿਹੜੀ ਹੈਗੀ ਹੈ ਪ੍ਰਦਰਸ਼ਨ ਕੀਤਾ ਜਾ ਰਿਹਾ? ਦੇਖੋ ਜੀ, ਇਹ ਰੋਟਾ ਕਲਰਕ ਆਪਣੇ ਹਰਿੰਦਰ ਸਿੰਘ ਜੀ ਨੇ ਜੀ ਉਰੇ ਲਗਾਤਾਰ ਤਕਰੀਬਨ 1 ਸਾਲ ਦੇ ਲਗਭਗ ਇਹ ਡਿਊਟੀ ਸੈਕਸ਼ਨ ਦੇ ਵਿੱਚ ਇੱਕ ਵਰਕਰਾਂ ਦਾ ਰੋਟਾ ਬਣਾਉਣ ਦੇ ਕੰਮ ਕਰ ਰਹੇ ਹੈ। ਜਾਣ ਬੁੱਝ ਕੇ ਜਿਹੜੇ ਵਰਕਰ ਆਪਦੇ ਹੱਕ ਸੱਚ ਦੀ ਲੜਾਈ ਲੜ ਰਹੇ ਆ ਸਰਕਾਰ ਦੇ ਖਿਲਾਫ, ਆਪਦੀਆਂ ਨੌਕਰੀਆਂ ਰੈਗੂਲਰ ਕਰਵਾਉਣ ਵਾਸਤੇ, ਆਪਦੀਆਂ ਤਨਖਾਹਾਂ 'ਚ ਵਾਧਾ ਕਰਨ ਵਾਸਤੇ, ਇੱਕ ਜਾਣ ਬੁੱਝ ਕੇ ਉਹਦਾ ਰਸਤੇ ਦਾ ਰੋੜਾ ਬਣਦਾ ਅਤੇ ਇੱਕ ਵਰਕਰਾਂ ਨੂੰ 25-11 ਜਥੇਬੰਦੀ ਨਾਲ ਜਿੰਨੇ ਵੀ ਸੰਬੰਧ ਸਾਡੇ ਵਰਕਰ ਨੇ ਉਹਨਾਂ ਨੂੰ ਟਾਰਗੇਟ ਕਰਕੇ ਬਹੁਤ ਭੱਦੀ ਸ਼ਬਦਾਵਲੀ ਇਸ ਵੱਲੋਂ ਵਰਤੀ ਜਾਂਦੀ ਹੈ। ਪਿਛਲੇ ਦਿਨੀ ਤਕਰੀਬਨ 2 ਸਾਲ ਦੇ ਲਗਭਗ ਹੋ ਗਏ ਸਾਡਾ ਓਵਰ ਟਾਈਮ ਦੇ ਖਿਲਾਫ ਸਾਡਾ ਪ੍ਰਦਰਸ਼ਨ ਚੱਲ ਰਿਹਾ ਸੀਗਾ। 19 ਤੇ 20 ਤਰੀਕ ਨੂੰ ਸਾਡਾ ਡੀਪੂ ਬੰਦ ਹੋਇਆ ਸੀ 6ਵੇਂ ਮਹੀਨੇ ਨੂੰ, ਉਸ ਦਿਨ ਵੀ ਇਹਨੇ ਵਰਕਰਾਂ ਨੂੰ ਕਾਫੀ ਇੱਕ ਗਲਤ ਲੈਂਗੁਏਜ ਵਰਤੀ ਅਤੇ ਇੱਕ ਤੁਹਾਡੇ ਪਿਓ ਦੀਆਂ ਨਹੀਂ ਇਸ ਤਰੀਕੇ ਦੀ ਸ਼ਬਦਾਵਲੀ ਵਰਕਰਾਂ ਨੂੰ ਵਰਤਦੇ, ਇੱਕ ਦਫ਼ਤਰੀ ਭਾਸ਼ਾ ਛੱਡ ਕੇ ਇੱਕ ਇਹ ਤੋਂ ਗਲਤ ਭਾਸ਼ਾ ਦਾ ਇਸਤੇਮਾਲ ਕਰ ਰਿਹਾ ਹੈ, ਜਿਹਦੇ ਰੋਸ ਵਜੋਂ ਸਾਰੇ ਵਰਕਰ ਅੱਜ ਰੋਸ ਵਜੋਂ ਖੜ੍ਹੇ ਹੈ ਅਤੇ ਇਹਦਾ ਪੁਤਲਾ ਸਾੜਨ ਦਾ ਜਿਹੜਾ ਅਸੀਂ ਪ੍ਰੋਗਰਾਮ ਦਿੱਤਾ ਹੈ। ਸਾਡੇ ਜਥੇਬੰਦੀ ਦੇ ਨੁਮਾਇੰਦਿਆਂ ਵੱਲੋਂ ਵਾਰ ਵਾਰ ਇਸ ਨੂੰ ਸਮਝਾਉਣ ਤੋਂ ਬਾਵਜੂਦ ਵੀ ਇਹਦਾ ਹੰਕਾਰ ਜਿਹੜਾ ਇਹਨੂੰ ਕੁਰਸੀ ਦਾ ਨਸ਼ਾ ਹੋਇਆ ਹੋਇਆ ਇਹਦੇ ਸਿਰ ਤੋਂ ਨਹੀਂ ਲੱਥਿਆ, ਸਾਨੂੰ ਮਜਬੂਰਨ ਅੱਜ ਇਹ ਪ੍ਰੋਗਰਾਮ ਦੇਣਾ ਪਿਆ। ਇੱਕ ਮੈਡੀਕਲ ਲੀਵ 'ਤੇ ਚੱਲਦੇ ਸਾਥੀਆਂ ਨੂੰ ਐਬਸੈਂਟ ਪਾਉਣਾ ਜਾਂ ਕੋਈ ਕਿਸੇ ਵੀ ਸਾਥੀ ਦੇ ਘਰੇ ਕੋਈ ਡੈਥ ਹੋ ਜੇ ਉਹਨੂੰ ਜਾਣ ਬੁੱਝ ਕੇ ਟਾਰਗੇਟ ਕਰਨਾ, ਕਿ ਰੀਜਨ ਵੀ ਸਾਰੀ ਚੀਜ਼ਾਂ ਨੂੰ ਲੈ ਕੇ ਉੱਪਰ ਸੀਨੀਅਰ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ, ਕੋਈ ਮੰਤਰੀ ਲੈਵਲ ਦੇ ਨਾਲ ਗੱਲਬਾਤ ਕੀਤੀ? ਕਿਉਂਕਿ ਇਸ ਤਰ੍ਹਾਂ ਦਾ ਜਿਹੜਾ ਤੁਸੀਂ ਧਰਨਾ ਪ੍ਰਦਰਸ਼ਨ ਕਹਿ ਰਹੇ ਹੋ ਕਿਤੇ ਨਾ ਕਿਤੇ ਲੋਕਾਂ ਦੀ ਵੀ ਖੱਜਲ ਖੁਆਰੀ ਹੋ ਰਹੀ ਹੈ ਸਰ? ਬਿਲਕੁਲ ਜੀ, ਅਸੀਂ ਸਾਡੇ ਡੀਪੂ ਦੇ ਜਨਰਲ ਮੈਨੇਜਰ ਸਾਹਿਬ ਨੂੰ ਇਸ ਬਾਰੇ ਕਈ ਵਾਰੀ ਜਾਣੂ ਕਰਵਾ ਚੁੱਕਿਆ, ਕੱਲ੍ਹ ਵੀ ਅਸੀਂ ਜਥੇਬੰਦੀ ਤੌਰ 'ਤੇ ਜਨਰਲ ਮੈਨੇਜਰ ਸਾਹਿਬ ਨੂੰ ਇਹਦੀ ਸ਼ਿਕਾਇਤ ਕਰਨ ਵਾਸਤੇ ਉਰੇ ਅਸੀਂ ਸਵੇਰ ਦੇ ਖੜ੍ਹੇ ਸੀ, ਪਰ ਜਨਰਲ ਮੈਨੇਜਰ ਸਾਹਿਬ ਨੇ ਸਾਡੀ ਕੋਈ ਗੱਲਬਾਤ ਨਹੀਂ ਸੁਣੀ, ਇਹਦੇ 'ਤੇ ਕੋਈ ਕਾਰਵਾਈ ਨਹੀਂ ਕਰੀ। ਉਲਟ ਮੈਨੇਜਮੈਂਟ ਇਹਨੂੰ ਸਹਿ ਦੇ ਰਹੀ ਹੈ ਵੀ ਤੂੰ ਜਾਣ ਬੁੱਝ ਕੇ ਕੱਚੇ ਵਰਕਰਾਂ ਨੂੰ ਤੰਗ ਕਰ, ਭੱਦੀ ਸ਼ਬਦਾਵਲੀ ਬੋਲ, ਉਹਨਾਂ ਦੀਆਂ ਡਿਊਟੀਆਂ 'ਚ ਅੜਚਣਾ ਪਾ। ਹੁਣ ਓਵਰ ਟਾਈਮ ਦੇ ਮੁੱਦੇ 'ਤੇ ਸਾਡੀ ਪਿਛਲੀ 9 ਤਰੀਕ ਨੂੰ ਨਹੀਂ ਇਸੇ ਮਹੀਨੇ ਦੀ 9 ਤਰੀਕ ਨੂੰ ਮਾਣਯੋਗ MD ਸਾਹਿਬ ਨਾਲ ਅਤੇ ਜਨਰਲ ਮੈਨੇਜਰ ਸਾਹਿਬ ਦੀ ਕਮੇਟੀ ਨਾਲ ਸਾਡੀ ਮੀਟਿੰਗ ਹੋਈ, ਉੱਥੇ ਅਸੀਂ ਪ੍ਰੋਗਰਾਮ ਪੋਸਟਪੋਨ ਕੀਤਾ GM ਸਾਹਿਬ ਦੇ ਕਹਿਣ ਤੋਂ ਵੀ ਤੁਹਾਡਾ ਜਿਹੜਾ ਚੱਲਦਾ ਰੂਟਾ ਹੈ, ਚੱਲਦੇ ਰੂਟੇ ਦੇ ਵਿੱਚ ਸਾਡੇ ਵਰਕਰਾਂ ਦਾ ਇਹਨਾਂ ਨੇ ਸ਼ੋਸ਼ਣ ਕੀਤਾ ਸੀਗਾ ਤਕਰੀਬਨ 10-10 ਸਾਲਾਂ ਤੋਂ, ਜੋ ਸਾਡੀ 8 ਘੰਟੇ ਡਿਊਟੀ ਤੋਂ ਬਾਅਦ
ਜੋ ਸਾਡਾ ਸਮਾਂ ਲੱਗਦਾ ਉਹਨੂੰ ਓਵਰ ਟਾਈਮ ਦੇ ਵਿੱਚ ਗਿਣਿਆ ਜਾਂਦਾ। ਪਰ ਇਸ ਓਵਰ ਟਾਈਮ ਦਾ ਇਹ ਜਾਣ ਬੁੱਝ ਕੇ ਘਾਣ ਕਰਦੀ ਸੀ ਮੈਨੇਜਮੈਂਟ। ਉੱਥੋਂ ਸਾਨੂੰ 9 ਤਰੀਕ ਦੀ ਮੀਟਿੰਗ ਦੇ ਵਿੱਚੋਂ ਜਨਰਲ ਮੈਨੇਜਰ ਸਾਹਿਬ ਨੇ ਇੱਕ ਲਿਖਤੀ ਲੈਟਰ ਦੇ ਕੇ ਵਿਸ਼ਵਾਸ ਦਿਵਾਇਆ ਵੀ ਤੁਹਾਡੀ ਇਹਦੀ ਓਵਰ ਟਾਈਮ 'ਚ ਸੋਧ ਕਰਤੀ ਅਤੇ 11 ਤਰੀਕ ਨੂੰ ਅਸੀਂ ਇਹਨੂੰ ਲਾਗੂ ਕਰ ਦਾਂਗੇ ਡੀਪੂ ਦੇ ਵਿੱਚ। ਕੋਈ ਤੁਹਾਡੀ ਰੋਟੇਸ਼ਨ ਨਹੀਂ ਤੋੜੀ ਜਾਊਗੀ। ਜਿਸ ਤਰੀਕੇ ਨਾਲ ਰੂਟਾ ਚੱਲ ਰਿਹਾ ਉਸੇ ਤਰੀਕੇ ਨਾਲ ਰੋਟੇਸ਼ਨ ਬਣਾ ਕੇ ਅਸੀਂ ਤੁਹਾਡੇ 'ਤੇ ਓਵਰ ਟਾਈਮ ਲਾਗੂ ਕਰਾਂਗੇ। ਹੋਇਆ ਕੁਛ? ਪਰ ਇਸ ਅਧਿਕਾਰੀ ਵੱਲੋਂ ਹਰਿੰਦਰ ਸਿੰਘ ਜੋ ਡਿਊਟੀ ਕਲਰਕ ਹੈ ਡੀਪੂ ਦੇ ਵਿੱਚ, ਜਾਣ ਬੁੱਝ ਕੇ ਰੋਟੇਸ਼ਨਾਂ ਤੋੜ ਮਰੋੜ ਕੇ ਵਰਕਰਾਂ ਦਾ ਘਾਣ ਕਰਨ ਵਾਲੇ ਪਾਸੇ ਜਾ ਰਿਹਾ, ਜਿਹਦੀ ਸ਼ਿਕਾਇਤ ਅਸੀਂ ਕੀਤੀ ਆ ਮੈਂ ਆਪਣੀ ਜਨਰਲ ਮੈਨੇਜਰ ਸਾਹਿਬ ਨੂੰ, ਸਾਡੀ ਕੋਈ ਸੁਣਵਾਈ ਨਹੀਂ, ਅਸੀਂ ਮਜਬੂਰਨ ਸਾਨੂੰ ਆਹ ਪ੍ਰੋਗਰਾਮ ਅੱਜ ਦਾ। ਕਿੰਨੇ ਅੱਜ ਬੱਸਿਸ ਜਿਹੜੀ ਹੈਗੀ ਉਹ ਰੂਟ ਤੇ ਨਹੀਂ ਚੱਲਣਗੀਆਂ? ਕਿੰਨੀ ਟੋਟਲ ਅਪਰੋਕਸੀਮੇਟ? ਤਕਰੀਬਨ ਚੰਡੀਗੜ੍ਹ ਡੀਪੂ ਦੀ ਜੀ 100 ਤੋਂ ਪਲੱਸ ਬੱਸਾਂ ਜਿਹੜੀਆਂ ਇਸ ਰੋਸ ਪ੍ਰਦਰਸ਼ਨ ਸ਼ਾਮਲ ਹੋਣਗੀਆਂ ਤੇ ਤਕਰੀਬਨ 90% ਸਟਰੈਂਥ 25-11 ਦੇ ਨਾਲ ਹੈ ਡੀਪੂ ਦੇ ਵਿੱਚ। ਤੇ ਅਸੀਂ ਹਾਲ ਦੀ ਘੜੀ ਡੀਪੂ ਦੇ ਵਿੱਚ ਹੀ ਪ੍ਰੋਟੈਸਟ ਕਰ ਰਹੇ ਹਾਂ, ਇਹਦਾ ਪੁਤਲਾ ਬਣਾ ਕੇ ਘੁਮਾਵਾਂਗੇ। ਜੇਕਰ ਫਿਰ ਵੀ GM ਸਾਹਿਬ ਇਹਦੇ 'ਤੇ ਕਾਰਵਾਈ ਨਹੀਂ ਕਰਦਾ ਜਾਂ ਇਹਨੂੰ ਇਸ ਸੀਟ ਤੋਂ ਬਦਲ ਕੇ ਹੋਰ ਕਿਤੇ ਡਿਊਟੀ ਨਹੀਂ ਲਾਉਂਦਾ, ਤੇ ਇਸ ਸੀਟ ਤੇ ਕੋਈ ਇਮਾਨਦਾਰ ਤੇ ਕਾਬਲ ਵਰਕਰਾਂ ਦੇ ਹਿੱਤਾਂ ਨੂੰ ਦੇਖਦੇ ਹੋਏ ਅਧਿਕਾਰੀ ਦੀ ਡਿਊਟੀ ਨਹੀਂ ਲਾਉਂਦਾ, ਤਾਂ ਅਸੀਂ ਇਹਦੇ ਘਰ ਦਾ ਪ੍ਰੋਗਰਾਮ ਦੇਵਾਂਗੇ ਜੀ। ਫਿਰ ਇਹ ਪੁਤਲਾ ਲੈ ਕੇ ਪੂਰੀ ਸਾਡੀ ਸਟਰੈਂਥ ਨੂੰ ਲੈ ਕੇ ਇਹਦੇ ਘਰ ਵੱਲ ਕੂਚ ਕਰਾਂਗੇ ਤੇ ਉੱਥੇ ਇਹਦਾ ਰੱਜ ਕੇ ਪਿੱਟ ਸਿਆਪਾ ਕਰਾਂਗੇ।